ਅਜੀਤ ਵੈਬ ਟੀਵੀ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫੇਰ ਨਿੱਕਾ ਸੁਆਗਤ ਜੀ ਆਇਆਂ ਨੂੰ ਦੋਸਤੋ ਮੈਂ ਮਨਪਸੰਦ ਇਸੇ ਬੱਦ ਨਿਕਲਾ ਪ੍ਰਦੇਸੀ ਵਸਤਾ ਪੰਜਾਬ ਪ੍ਰੋਗਰਾਮ ਲੈ ਕੇ ਇੱਕ ਵਾਰ ਫੇਰ ਤੁਹਾਡੇ ਰੂਬਰੂ ਹੋਣ ਲੱਗਾ ਹੁਣੇ ਸਾਡੇ ਨਾਲ ਪੰਜਾਬੀ ਫਿਲਮ ਜਗਤ ਦੀ ਉਹ ਮਹਾਨ ਹਸਤੀ ਜਿਨ੍ਹਾਂ ਨੇ ਹਾਸਿਆਂ ਦੇ ਰਾਹੀਂ ਸਾਡੇ ਦਿਲਾਂ ਦੇ ਵਿੱਚ ਇੱਕ ਆਪਣੀ ਵੱਖਰੀ ਪਛਾਣ ਬਣਾਈ ਹੈ ਮੇਰੀ ਮੁਰਾਦ ਹੈ ਰਾਣਾ ਰਣਵੀਰ ਨਾਲ ਆਓ ਕਰਦੇ ਹਾਂ ਗੱਲ ਰਾਣਾ ਰਣਵੀਰ ਨਾਲ ਰਣਜੀ ਸਭ ਤੋਂ ਪਹਿਲਾਂ ਤਾਂ ਅਜੀਤ ਵੈਬ ਟੀਵੀ ਵੱਲੋਂ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਜੀ ਆਨੂੰ ਲੰਡਨ ਦੇ ਵਿੱਚ ਤੇ ਤੁਸੀਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਅਜੀਤ ਵੈਬ ਟੀਵੀ ਦੇ ਦਰਸ਼ਕਾਂ ਨੂੰ ਆ ਸਭ ਤੋਂ ਪਹਿਲਾਂ ਤੁਹਾਡਾ ਸ਼ੁਕਰੀਆ ਭਾਜੀ ਅਜੀਤ ਵੈਬ ਟੀਵੀ ਦੇ ਤੁਸੀਂ ਮੈਨੂੰ ਲੈ ਕੇ ਆ ਰਹੇ ਹੋ ਮੇਰਾ ਪਹਿਲੀ ਵਾਰੀ ਆ ਰਿਹਾ ਮੈਂ ਅਜੀਤ ਵੈਬ ਟੀਵੀ ਦੇ ਉੱਤੇ ਪਰ ਤੁਹਾਡੀ ਸਾਈਟ ਦੇ ਉੱਤੇ ਜਾਂਦੇ ਰਹੀਦਾ ਦੇਖਦੇ ਰਹੀਦਾ ਇੰਟਰਵਿਊ ਤੇ ਪਹਿਲਾ ਤਾਂ ਮੈਂ ਇਹੀ ਕਹਿਣਾ ਚਾਹੁੰਗਾ ਕਿ ਮੈਂ ਸੋਚਦਾ ਰਹਿੰਦਾ ਸੀ ਕਿ ਮੇਰੀ ਇੰਟਰਵਿਊ ਕਦੋਂ ਹੋਏ ਤੇ ਅੱਜ ਤੁਹਾਡੇ ਚਰੀ ਆ ਰਹੀ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਅਜੀਤ ਨਾਲ ਜਿੰਨੇ ਵੀ ਜੁੜੇ ਹੋਏ ਐ ਪਾਠਕ ਤੇ ਦਰਸ਼ਕ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅ ਰਾਣੇ ਜੀ ਸਭ ਤੋਂ ਪਹਿਲਾਂ ਤਾਂ ਬੇਸ਼ੱਕ ਤੁਹਾਡੀਆਂ ਬਹੁਤ ਸਾਰੀਆਂ ਫਿਲਮਾਂ ਲੋਕਾਂ ਨੇ ਵੇਖਿਆ ਸਬ ਮੈਂ ਇੱਕ ਜਰੂਰ ਮੇਰੀ ਇਕਾਦ ਤਾਂ ਮੈਂ ਚਾਹਣਾ ਹੁੰਨਾ ਪਿਸ਼ੋਕਰ ਤੋਂ ਜਿਹੜੀ ਆ ਉਹ ਗੱਲ ਸ਼ੁਰੂ ਜਿਹੜੀ ਆ ਉਹ ਕੀਤੀ ਜਾਵੇ ਕਿਉਂਕਿ ਕਈ ਲੋਕ ਕਿ ਅੱਗੇ ਆ ਕਿ ਬਹੁਤ ਕੁਝ ਜਾਣਦੇ ਹੁੰਦੇ ਆ ਲੇਕਿਨ ਉਹ ਜਿਹੜਾ ਬਚਪਨ ਤੇ ਉਹ ਆਪਣੇ ਮਾਪੇ ਬਾਪ ਦੀ ਗੱਲ ਉਹ ਜ਼ਰੂਰ ਮੈਂ ਤਾਂ ਤੁਹਾਨੂੰ ਜਾਨਣਾ ਚਾਹਾਂਗਾ ਕਿ ਆਪਣੇ ਪਿਛੋਕੜ ਵਾਲੇ ਥੋੜੀ ਜੀ ਜਾਣਕਾਰੀ ਮੇਰਾ ਸ਼ਹਿਰ ਧੂਰੀ ਹੈ ਜੀ ਡਿਸਟ੍ਰਿਕਟ ਸੰਗਰੂਰ ਦੇ ਵਿੱਚ ਤੁਸੀਂ ਸ਼ਾਇਦ ਕਿਸੇ ਨੇ ਨਾਂ ਸੁਣਿਆ ਹੋਵੇ ਸੋ ਹਾਂਜੀ ਧੂਰੀ ਤਾਂ ਖਾਸ ਤੌਰ ਤੇ ਇਸ ਵਕਤ ਪੂਰੀ ਚਰਚਾ ਦੇ ਵਿੱਚ ਦੁਨੀਆ ਦੇ ਹੁਣ ਤਾਂ ਧੂਰੀ ਦਾ ਨਾਮ ਸਾਰਿਆਂ ਨੂੰ ਯਾਦ ਹੋ ਗਿਆ ਸੋ ਮੈਂ ਧੂਰੀ ਸ਼ਹਿਰ ਤੋਂ ਹਾਂ ਤੇ ਮੇਰੀ ਪੜ੍ਹਾਈ ਲਿਖਾਈ ਉੱਥੇ ਹੀ ਹੋਈ ਹੈ ਗ੍ਰੈਜੂਏਸ਼ਨ ਮੈਂ ਦੇਸ਼ ਭਗਤ ਕਾਲਜ ਬਰਡਵਾਲ ਧੂਰੀ ਤੋਂ ਕੀਤੀ ਹੈ میٹرਿਕ ਮੈਂ ਕੀਤੀ ਸੀ ਸਾਡੇ ਮਾਲਵਾ ਖਾਸ ਹਾਈ ਸਕੂਲ ਧੂਰੀ ਤੋਂ ਮੇਰੇ ਮਾਤਾ ਪਿਤਾ ਹੁਣ ਟੀਚਰ ਰਟਾਇਰ ਹੋਏ ਨੇ ਦੋਨੇ ਪ੍ਰਾਇਮਰੀ ਸਕੂਲ ਦੇ ਵਿੱਚ ਪੜ੍ਹਾਇਆ ਉਹਨਾਂ ਨੇ ਦੋ ਭੈਣਾਂ ਨੇ ਮੇਰੀਆਂ ਛੋਟੀਆਂ ਜਿਹੜੀਆਂ ਆਪਾਂ ਆਪਣੇ ਘਰੇ ਰਾਜੀ ਨੇ ਵਿਆਹੀਆਂ ਗਈਆਂ ਨੇ, ਬਾਲ ਬੱਚੇ ਵਾਲੀਆਂ ਨੇ। ਸੋ ਮੈਂ ਵੀ ਬਾਲ ਬੱਚੇ ਵਾਲਾ ਹੋ ਗਿਆ। ਮੈਂ ਅਜਕਲ ਪਟਿਆਲੇ ਰਹਿਣਾ, ਧੂਰੀ ਤੋਂ ਸਫ਼ਰ ਕੀਤਾ। ਪੰਜਾਬੀ ਯੂਨੀਵਰਸਿਟੀ ਆਏ, ਉੱਥੇ ਐਮਏ ਥੀਏਟਰ ਐਂਡ ਟੈਲੀਵਿਜ਼ਨ ਕੀਤੀ। ਫਿਰ ਜੌਬ ਕੀਤੀ, ਫਿਰ ਵਿਆਹ ਹੋ ਗਿਆ, ਬੱਚੇ ਹੋ ਗਏ। ਫਿਲਮਾਂ ਦੇ ਵਿੱਚ ਆ ਗਏ, ਨਾਲ ਕੰਮ ਮਿਲਣ ਲੱਗ ਗਿਆ। ਸੋ ਮੇਰੀ ਵਾਈਫ ਇੱਕ ਵਾਈਫ ਹੈ ਮੇਰੀ ਦਵਿੰਦਰਪਾਲ कौर ਤੇ ਬੇਟੀ ਮੇਰੀ ਸੀਰਤ ਰਾਣਾ ਤੇ ਬੇਟਾ ਵਾਰਿਸ ਰਾਣਾ। ਸੋ ਇਹ ਮੇਰਾ ਪਰਿਵਾਰ ਹੈ। ਮਾਤਾ ਪਿਤਾ ਸਾਡੇ ਕਦੇ ਸਾਡੇ ਕੋਲ ਆ ਜਾਂਦੇ, ਕਦੇ ਧੂਰੀ ਰਹਿੰਦੇ ਆ। ਮੇਰੇ ਨਾਨਕੇ ਬਰਨਾਲੇ ਨੇ ਸੋ ਸਾਡੇ ਖਾਨਦਾਨ ਦੇ ਵਿੱਚ ਟੀਚਰਾਂ ਦਾ ਅਧਿਆਪਕਾਂ ਦਾ ਖਾਨਦਾਨ ਸੋ ਮੇਰਾ ਪਛੋਕੜ ਧੂੜੀ ਦਾ ਔਰ ਮੇਰੀਆਂ ਜੜਾਂ ਧੂਰੀ ਨੇ ਔਰ ਮੇਰੀ ਜਿੰਨੀ ਵੀ ਮੈਨ ਲੱਗਦਾ ਮਿਹਨਤ ਮੁਸ਼ਕਲ ਜੋ ਮੇਰੇ ਅੰਦਰ ਨਿਕਲ ਰਿਹਾ ਉਹ ਧੂਰੀ ਦੀ ਹੈ ਫਿਲਮਾਂ ਦਾ ਸਫਰ ਕਿਸ ਤਰ੍ਹਾਂ ਸ਼ੁਰੂ ਹੋਇਆ ਤੇ ਕਿਸ ਕਿੱਥੋਂ ਤੱਕ ਪਹੁੰਚਿਆ ਹੁਣ ਤੱਕ ਕਿੰਨੀਆਂ ਫਿਲਮਾਂ ਤੁਸੀਂ ਕਰ ਚੁੱਕੇ ਹੋ ਰੰਗਮੰਚ ਦੀ ਜਿਹੜੀ ਚਸਕਾ ਸੀ ਜਿਹੜੀ ਲਲਕ ਸੀ ਔਰ ਜਿਹੜੀ ਇੱਛਾ ਸੀ ਮੇਰੀ theater ਕਰਨ ਦੀ ਉਹੀ ਮੈਨੂੰ ਫਿਲਮਾਂ ਵੱਲ ਲੈ ਗਈ ਤੇ ਫਿਲਮ ਮੈਨੂੰ ਪਹਿਲੀ ਦਿਲ ਆਪਣਾ ਪੰਜਾਬੀ ਦੇ ਵਿੱਚ ਸਰਦਾਰ ਮਨਮੋਹਨ ਸਿੰਘ ਹੋਰਾਂ ਨੇ ਬ੍ਰੇਕ ਦਿੱਤੀ ਸੀਗੀ ਲੱਕੜ ਚੱਬਦਾ ਕਿਰਦਾਰ ਮਿਲਿਆ ਸੀ ਮੈਨੂੰ ਮੇਰੀ ਕਾਂਟਮੀ ਜੀ ਦਾੜੀ ਜੀ ਬਣਾਈ ਹੋਈ ਸੀ ਜਿਹਨੂੰ ਗਾਉਣ ਦਾ ਸ਼ੌਕ ਹੈ ਜਿਹੜਿਆ ਹੋਇਆ ਜਿਵੇਂ ਪੰਜਾਬ ਦੇ ਸਾਰੇ ਮੁੰਡਿਆਂ ਨੂੰ ਲੱਗਦਾ ਕਿ ਗਾਉਣ ਲੱਗ ਜੀਏ ਕੈਸਟ ਕਢਾਈਏ ਸੋ ਉਹਦੇ ਵਿੱਚ ਇੱਕ ਮੈਂ ਗਾਣਾ ਜਿਹਾ ਵੀ ਗਾਇਆ ਸੀ ਵੀ ਤੋ ਸੀਗੇ ਭੁੱਖ ਲੱਗੀ ਤੋ ਮੱਛਰ ਲੜੇ ਤੋ ਸਿੱਖਿਆ ਡਾਂਸ ਯਾਰਾਂ ਜਾਊਂ ਕੈਨੇਡਾ ਆਊਂ ਮੁੜ ਕੇ ਕੱਢੂੰ ਰੀਲਾਂ ਬਾਰਾਂ ਗਾਊਂਗਾ ਗੰਦ ਪਾਊਂਗਾ ਚੱਕਦਾ ਹੂੰ ਕਲਚਰ ਦੇ ਪੱਬ ਨੀ ਮੈਂ ਸਿੰਗਰ ਬਣਿਆ ਐਲ ਸੀ ਲੱਕੜ ਚੱਬ ਸੋ ਲੱਕੜ ਚੱਬ ਦਾ ਕੈਰੈਕਟਰ ਸੀ ਮੇਰਾ ਹੁਣ ਤੱਕ ਮੈਂ 45 ਫਿਲਮਾਂ ਕਰ ਚੁੱਕਿਆ ਜੀ ਤੇ 2005 ਦੇ ਵਿੱਚ ਪਹਿਲੀ ਫਿਲਮ ਕੀਤੀ ਸੀਗੀ 10 ਸਾਲ ਹੋ ਗਏ ਨੇ ਸਿਨੇਮੇ ਦੇ ਨਾਲ ਜੁੜੇ ਨੂੰ ਟੀਵੀ ਨਾਲ ਜੁੜੇ ਨੂੰ ਮੈਂ 98 ਦੇ ਵਿੱਚ ਪਹਿਲੀ ਵਾਰੀ ਕੈਮਰਾ ਫੇਸ ਕੀਤਾ ਸੀਗਾ ਤਾਂ ਫਿਲਮਾਂ ਦੇ ਵਿੱਚ ਕਿਰਦਾਰ ਵੱਖਰੇ ਵੱਖਰੇ ਨਿਭਾਉਂ ਤੁਸੀਂ ਦੇਖਦੇ ਰਹਿੰਨੇ ਹੋ ਤੁਹਾਡਾ ਜਿਹੜਾ ਰੋਲ ਇੱਕ ਕਮੇਡੀਅਨ ਦੇ ਤੌਰ ਤੇ ਜਿਹੜਾ ਉਹੀ ਮਸ਼ਹੂਰ ਜਿਹੜਿਆ ਲੋਕਾਂ ਦੀ ਜ਼ੁਬਾਨ ਤੇ ਲੋਕਾਂ ਦੇ ਦਿਲਾਂ ਦੇ ਚੇਤੇ ਤੁਸੀਂ ਵਸਿਓ ਪੰਜਾਬੀ ਫਿਲਮਾਂ ਦੇ ਨਾਲ ਕਤੇ ਆਮ ਤੌਰ ਤੇ ਹਿੰਦੀ ਵੱਲੋਂ ਜਿਹੜਾ ਸਾਡਾ ਬਹੁਤ ਜਲਦੀ ਅਸੀਂ ਜਾਣਾ ਚਾਹੁੰਦੇ ਹੁੰਨੇ ਆ ਤੇ ਲੋਕਾਂ ਦਾ ਜਿਵੇਂ ਮੱਕਾ ਸਮ ਲੋਹੀ ਹੈ ਬੰਬੇ ਤੇ ਤੁਹਾਡਾ ਵੀ ਕਤੇ ਹਿੰਦੀ ਫਿਲਮਾਂ ਵੱਲੋਂ ਕੋਈ ਹੋਇਆ ਹਿੰਦੀ ਫਿਲਮਾਂ ਮੈਂ ਕੀਤੀਆਂ ਨੇ ਦੋ ਮੇਰੇ ਖਿਆਲ ਮੈਂ ਵੱਧ ਤਾਂ ਨਹੀਂ ਕਰ ਸਕਿਆ ਮੈਨੂੰ ਜ਼ਿੰਦਗੀ ਵਿੱਚ ਇੱਕ ਸਬਕ ਸਮਝ ਆਇਆ ਹੈ ਕਿ ਵੀ ਜਿਹੜੀ ਚੀਜ਼ ਦੀ ਤੁਸੀਂ ਜਿਆਦਾ ਇੱਛਾ ਕਰੋ ਜਿਹੜੀ ਚੀਜ਼ ਦੀ ਇੱਛਾ ਕਰਕੇ ਉਹਦੇ ਪਿੱਛੇ ਮਿਹਨਤ ਕਰੋ ਉਹਦੇ ਵਿੱਚ ਤੁਸੀਂ ਐਫਰਟ ਕਰੋ ਉਹ ਤੁਹਾਨੂੰ ਹਾਸਲ ਹੋਈ ਜਾਂਦੀ ਹੈ ਮੇਰੇ ਖਿਆਲ ਮੈਂ ਹਿੰਦੀ ਫਿਲਮਾਂ ਦਾ ਨਾਂ ਸੁਪਨਾ ਰੱਖਿਆ ਬਹੁਤਾ ਨਾ ਇੱਛਾ ਰੱਖੀ ਨਾ ਹੀ ਉਹਦੇ ਲਈ ਐਫਰਟ ਕੀਤਾ ਇਸ ਲਈ ਮੈਂ ਘੱਟ ਕੰਮ ਕਰ ਸਕਿਆ ਉਹੀ ਪੰਜਾਬ ਆ ਕੇ ਕਿਸ ਨੇ ਆਵਾਜ਼ ਮਾਰ ਲਈ ਤਾਂ ਇੱਕ ਫਿਲਮ ਬੋਬੀ ਦੇਵ ਹੋਰ ਨਾਲ ਕੀਤੀ ਸੀ ਇੱਕ ਦੇ ਵਿੱਚ ਗੈਸਟ ਅਪੀਅਰੈਂਸ ਸੀ ਤੇਰੇ ਨਾਲ ਲਵ ਹੋ ਗਿਆ ਦੇ ਵਿੱਚ ਸੋ ਜਿਆਦਾ ਮੈਂ ਬਾਲੀਵੁੱਡ ਵੱਲ ਧਿਆਨ ਦਿੱਤਾ ਨਹੀਂਗਾ ਕੋਈ ਬਰਾਈ ਨਹੀਂ ਜਾ ਸਕਦਾ ਸੀ ਮੇਰੇ ਖਿਆਲ ਮੈਂ ਇੱਛਾ ਨਹੀਂ ਪਾ ਲਈ ਐਫਰਟ ਨਹੀਂ ਕਿਤੇ ਤਾਂ ਹੀ ਨਹੀਂ ਜਾ ਸਕਿਆ ਮੈਂ ਪੰਜਾਬੀ ਮਾਂ ਬੋਲੀ ਨਾਲ ਜਿਹੜਾ ਮੂੰਹ ਜ਼ਿਆਦਾ ਲੱਗਦਾ ਆ ਮਾਂ ਨਾਲ ਤਾਂ ਮੂੰਹ ਹੋਣਾ ਹੀ ਚਾਹੀਦਾ ਮਾਂ ਬੋਲੀ ਲਈ ਮੈਂ ਇੱਕ ਨਿਠ ਕੇ ਕੰਮ ਕਰ ਰਿਹਾ ਮੈਂ ਇਹ ਨਹੀਂ ਕਹੂੰਗਾ ਕਿ ਸੇਵਾ ਕਰ ਰਿਹਾ ਸੇਵਾ ਤਾਂ ਫ੍ਰੀ ਦੇ ਵਿੱਚ ਹੁੰਦੀ ਹੁੰਦੀ ਹੈ ਸੇਵਾ 24 ਘੰਟੇ ਫ੍ਰੀਲੈਂਸਰ ਰਹਿ ਕੇ ਹੁੰਦੀ ਹੈ ਉਸ ਕੰਮ ਲਈ ਸੇਵਾ ਸੇਵਾਦਾਰ ਕਰਦਾ ਮੈਂ ਸੇਵਾਦਾਰ ਨਹੀਂ ਹਾਂ ਮੈਂ ਇੱਕ ਸੇਵਕ ਨਹੀਂ ਹਾਂ ਮੈਂ ਇੱਕ ਕੰਮਾ मां बूली ਦਾ ਕੰਮ ਆ ਮੈਨੂੰ ਮੇਰੀ मां बूਲੀ ਨੇ ਕੰਮ ਲਾਇਆ ਹੈ ਮੈਂ ਆਪਣੀ मां बूਲੀ ਬੂਲ ਕੇ ਉਹਦੇ ਲਈ ਕੰਮ ਕਰਕੇ ਪੈਸੇ ਕਮਾਉਣਾ ਤੇ ਕੁਝ ਕੰਮ ਮੈਂ ਫ੍ਰੀ ਵੀ ਕਰਦਾ ਹਮੇਸ਼ਾ 24 ਘੰਟੇ ਫ੍ਰੀ ਨਹੀਂ ਕਰਦਾ ਇਸ ਲਈ ਮੈਂ ਕਹਿੰਦਾ ਮੈਂ ਸੇਵਾ ਸੇਵਾਦਾਰ ਨਹੀਂ ਹਾਂ ਮੈਂ ਪਰ ਮੇਰੀ ਕੋਸ਼ਿਸ਼ ਹੈ ਕਿ ਅਸੀਂ मां बूਲੀ ਨਾਲ ਟੁੱਟ ਰਹੇ ਲੋਕਾਂ ਨੂੰ मां बूਲੀ ਨਾਲ ਜੋੜੀਏ ਸਾਡੀ ਕੋਸ਼ਿਸ਼ ਹੈ ਕਿ मां बूਲੀ ਦੀ ਗੱਲ ਕਰਦੇ ਹੋਏ ਹੋਕਾ ਦਿੰਦੇ ਹੋਏ ਅਸੀਂ ਲੋਕਾਂ ਨੂੰ ਕਿਤਾਬਾਂ ਨਾਲ ਜੋੜੀਏ ਤੇ ਜੇ मां बूਲੀ ਦੇ ਵਿੱਚ ਸਾਨੂੰ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਕਿਸੇ ਨੂੰ ਗੁਜਰਾਤੀ ਨੂੰ ਮਰਾਠੀ ਨੂੰ ਬੰਗਾਲੀ ਨੂੰ ਜਾਂ ਆਪਣੀ ਮਾਂ ਬੋਲੀ ਦੇ ਵਿੱਚ ਸਿੱਖਿਆ ਲੈਣ ਦਾ ਅਧਿਕਾਰ ਮਿਲ ਜੇ ਨਾ ਜਿਵੇਂ ਕਿ ਅਸੀਂ ਜਨ ਆਜ਼ਾਦੀ ਮੇਰਾ ਜਨਮ ਸਿੱਧ ਅਧਿਕਾਰ ਹੈ ਉਵੇਂ ਮਾਂ ਬੋਲੀ ਦੇ ਵਿੱਚ ਸਿੱਖਿਆ ਲੈਣਾ ਸਾਡਾ ਜਨਮ ਸਿੱਧ ਅਧਿਕਾਰ ਹੋਣਾ ਚਾਹੀਦਾ ਫਿਰ ਅਸੀਂ ਇੰਜੀਨੀਅਰ ਪੈਦਾ ਕਰਾਂਗੇ ਫਿਰ ਅਸੀਂ ਸਾਇੰਟਿਸਟ ਪੈਦਾ ਕਰਾਂਗੇ ਫਿਰ ਅੱਛੇ ਅੱਛੇ ਡਾਕਟਰ ਪੈਦਾ ਕਰਾਂਗੇ ਅੱਛੇ ਫਿਲਾਸਫਰ ਪੈਦਾ ਕਰਾਂਗੇ ਤੁਸੀਂ ਤਾਂ ਬਾਹਰਲੇ ਮੁਲਕਾਂ ਜਾ ਕੇ ਦੇਖ ਹੀ ਲਿਆ ਕਿ ਫ੍ਰੈਂਚ ਦੇ ਵਿੱਚ ਜਾਦੇ ਕਾਢਾਂ ਹੁੰਦੀਆਂ ਨੇ ਜਾਪਾਨ ਵਾਲੇ ਜਾਦੇ ਕਾਢਾ ਕੱਢਦੇ ਨੇ ਚਾਈਨਾ ਵਾਲੇ ਜਾਦੇ ਕੰਮ ਕਰਦੇ ਆ ਡੱਚ ਦੇ ਵਿੱਚ ਜਾਦੇ ਕੰਮ ਹੁੰਦਾ ਹੈ ਪਰ ਉਹ ਆਪਣੀ ਮਾਂ ਬੋਲੀ ਦੇ ਵਿੱਚ ਕਰਦੇ ਆ ਅੰਗਰੇਜ਼ੀ ਵਿੱਚ ਨਹੀਂ ਕਰਦੇ ਤੇ ਅੰਗਰੇਜ਼ੀ ਵਾਲੇ ਵੀ ਅੰਗਰੇਜ਼ੀ ਜੀ ਕਰਦੇ ਜਿਹੜੀ ਉਹਨਾਂ ਦੀ ਬੋਲੀ ਹੈ ਸਾਡੇ ਵਾਲਿਆਂ ਨੂੰ ਪਤਾ ਨਹੀਂ ਕੀ ਬਹਿਤ ਪਾ ਗਈ ਜਵਾਕਾਂ ਨੂੰ 2-3 ਸਾਲ ਦੇ ਨੂੰ ਅੰਗਰੇਜ਼ੀ ਭੜਾਉਣ ਲਾ ਦਿੰਦੇ ਨੇ ਜਦਕਿ ਜਿਹੜੀ ਅਸੀਂ ਬੋਲੀ ਸਾਡੀ ਮਾਂ ਬੋਲੀ ਹੁੰਦੀ ਹੈ ਵਿੱਚ ਸੋਚਦੇ ਆ ਜਿਹਦੇ ਵਿੱਚ ਸੁਪਨੇ ਦੇਖਦੇ ਆ ਤੇ ਉਸੇ ਵਿੱਚ ਹੀ ਕਾਰਜ ਹੋਵੇ ਉਸੇ ਜੀ ਸਿੱਖਿਆ ਮਿਲੇ ਫਿਰ ਅਸੀਂ ਬਹੁਤ ਵੱਡੇ ਰਿਜ਼ਲਟ ਦੇ ਸਕਦੇ ਆ ਤੁਸੀਂ ਗੱਲ ਕੀਤੀ ਕਿਤਾਬਾਂ ਦੀ मां बोली ਦੇ ਨਾਲ ਤਾਂ ਤੁਹਾਡਾ ਜਿੰਨਾ ਗੁੜਾ ਨਾਤਾ ਉਹ ਦਰਸ਼ਕਾਂ ਤੋਂ ਬੈਟਰ ਕੋਈ ਨਹੀਂ ਜਾਂਦਾ ਕਿਤਾਬਾਂ ਦੇ ਨਾਲ ਤੁਸੀਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜੋੜਨ ਲਈ ਇੱਕ ਬਹੁਤ ਹੀ ਵਧੀਆ ਉਪਰਾਲਾ ਕਰਦੇ ਹੋ ਸਾਨੂੰ ਉਸ ਬਾਰੇ ਵੀ ਥੋੜੀ ਜੀ ਡਿਟੇਲ ਦੱਸੋ ਕਿਉਂਕਿ ਸਾਡਾ ਜਿਹੜਾ ਨੌਜਵਾਨ ਉਹ ਕਿਤਾਬਾਂ ਤੋਂ ਬਹੁਤ ਟੁੱਟ ਚੁੱਕਿਆ ਤੇ ਉਹਦੇ ਬਾਰੇ ਵੀ ਦੱਸੋ ਅ ਤੁਸੀਂ ਜ਼ਿੰਦਗੀ ਜ਼ਿੰਦਾਬਾਦ ਪ੍ਰੋਗਰਾਮ ਦੀ ਗੱਲ ਕਰ ਰਹੇ ਹੋ ਜਿਹੜਾ ਕਿ ਅਸੀਂ ਪਿਛਲੇ ਅਗਸਤ ਤੋਂ ਪੰਜਾਬ ਦੇ ਵਿੱਚ ਕਰ ਰਹੇ ਹਾਂ ਮੈਂ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾਕਟਰ ਸਰਜੀਤ ਤੇ ਸਾਡੇ ਨਾਲ ਇੱਕ ਲੜਕੀ ਹੁੰਦੀ ਹੈ ਗੁਰਪ੍ਰੀਤ ਜਿਹੜੀ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰਦੀ ਹੈ ਮੈਨੇਜ ਕਰਦੀ ਹੈ ਸਾਰਾ ਅਸੀਂ ਉਹ ਪ੍ਰੋਗਰਾਮ ਪੱਚੀ ਕਰ ਚੁੱਕੇ ਹਾਂ ਸਕੂਲ ਤੇ ਕਾਲਜ ਵਿੱਚ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਉਹ ਅਸੀਂ ਡਾਕਟਰ ਸਾਹਿਬ ਮਾਤ ਭਾਸ਼ਾ ਦੇ ਮਹੱਤਵ ਉੱਤੇ ਬੋਲਦੇ ਹਾਂ ਮੈਂ ਜ਼ਿੰਦਗੀ ਤੇ ਕਿਤਾਬਾਂ ਉੱਤੇ ਬੋਲਦਾ ਕਿ ਕਿਵੇਂ ਕਿਤਾਬਾਂ ਦੇ ਨਾਲ ਵਧੀਆ ਜ਼ਿੰਦਗੀ ਜਿਉਈ ਜਾ ਸਕਦੀ ਹੈ ਐਥਿਕਸ ਨਾਲ ਕਿਵੇਂ ਜਿਉਈ ਜਾ ਸਕਦੀ ਹੈ ਮੈਂ ਉਹਦੇ ਵਿੱਚ ਕਿਤਾਬ ਕਿਤਾਬ ਕੱਕੇ ਨੂੰ ਸਿਆਰੀ ਕਿਰਦਾਰ ਤੱਤੇ ਨੂੰ ਕੰਨਾ ਤਾਕਤ ਬੱਬਾ ਬਰਾਬਰਤਾ ਜਿਹਦੇ ਕੋਲੇ ਕਿਤਾਬ ਹੁੰਦੀ ਹੈ ਜ਼ਿੰਦਗੀ ਚ ਕਿਤਾਬ ਸ਼ਾਮਲ ਹੋ ਜਾਂਦੀ ਹੈ ਉਹਦੇ ਕੋਲੇ ਕਿਰਦਾਰ ਆ ਜਾਂਦਾ ਉਹਦੇ ਕੋਲ ਤਾਕਤ ਆ ਜਾਂਦੀ ਹੈ ਉਹਦੇ ਕੋਲੇ ਬਰਾਬਰਤਾ ਆ ਜਾਂਦੀ ਹੈ ਪੰਜਾਬ ਦੇ ਵਿੱਚ ਬੱਚੇ ਜੇ ਯੂਥ ਕਿਤਾਬ ਨਾਲ ਜੁੜੀ ਨਹੀਂ ਹੋਈ ਤਾਂ ਉਹਦੇ ਵਿੱਚ ਟੀਚਰ ਪ੍ਰੋਫੈਸਰ ਔਰ ਮਾਪੇ ਜ਼ਿੰਮੇਵਾਰ ਨੇ ਬੱਚੇ ਜ਼ਿੰਮੇਵਾਰ ਨਹੀਂ ਅਸੀਂ ਆਪਣੇ ਕਿਤਾਬ ਘਰਾਂ ਦੇ ਵਿੱਚ ਕਿਤਾਬਾਂ ਦਾ ਬਜਟ ਨਹੀਂ ਬਣਾਉਂਦੇ ਪੰਜਾਬੀਆਂ ਕੋਲੇ ਸ਼ਰਾਬ ਦਾ ਬਜਟ ਹੈ ਪੰਜਾਬੀਆਂ ਕੋਲੇ ਗਿਫਟ ਦੇਣ ਦਾ ਬਜਟ ਹੈ ਪੰਜਾਬੀਆਂ ਦੇ ਕੋਲੇ ਦਾਜ ਦੇਣ ਦਾ ਬਜਟ ਹੈ ਪੰਜਾਬੀਆਂ ਦੇ ਕੋਲੇ ਕੇਸ ਦੇ ਉੱਤੇ ਪੈਸੇ ਖਰਚਣ ਦਾ ਬਜਟ ਹੈ ਪੰਜਾਬੀਆਂ ਉੱਤੇ ਵਿਆਹਾਂ ਉੱਤੇ ਨਜਾਇਜ਼ ਪੈਸੇ ਖਰਚਣ ਦਾ ਬਜਟ ਹੈ ਪੰਜਾਬੀਆਂ ਕੋਲੇ ਕਿਤਾਬਾਂ ਦਾ ਬਜਟ ਕਿੱਥੇ ਹੈ ਕਿੰਨਿਆਂ ਕੋਲੇ ਹੈ ਕਿਤਾਬ ਘਰ ਦਾ ਨਹੀਂ ਸਾਨੂੰ ਪਤਾ ਹੁੰਦਾ ਸ਼ਰਾਬ ਘਰ ਦਾ ਪਤਾ ਹੁੰਦਾ ਹੈ ਸਾਨੂੰ ਥਾਣਿਆਂ ਦਾ ਪਤਾ ਹੁੰਦਾ ਸਾਨੂੰ ਕਚਹਿਰੀਆਂ ਦਾ ਪਤਾ ਹੁੰਦਾ ਸਾਨੂੰ ਕਿਤਾਬਾਂ ਬਾਰੇ ਨਹੀਂ ਪਤਾ ਹੁੰਦਾ ਜੇ ਅਸੀਂ ਕਿਤਾਬਾਂ ਨਾਲ ਜੋੜ ਦਈਏ ਯੂਥ ਨੂੰ ਸਾਡੇ ਬਹੁਤ ਮਸਲੇ ਹੱਲ ਹੋ ਜਾਣਗੇ ਐਕਸੀਡੈਂਟ ਰੇਟ ਘਟ ਜੂਗਾ ਨਸ਼ੇ ਕਰਨੋਂ हट ਜਾਣਗੇ ਨੌਜਵਾਨ ਉਹਨਾਂ ਦੇ ਵਿੱਚ ਲਿਆਕਤ ਆ ਜਾਏਗੀ ਉਹ ਸਾਨੂੰ ਚੰਗਾ ਰਿਸਪੌਂਸ ਮਿਲ ਰਿਹਾ ਭਾਜੀ ਅਸੀਂ 25 ਪ੍ਰੋਗਰਾਮ ਇਹ ਕਰ ਚੁੱਕੇ ਹਾਂ ਇੱਕ ਮੇਰਾ ਨਾਟਕ ਚੱਲਦਾ ਖੇਤਾਂ ਦਾ ਪੁੱਤ ਪਾਸ਼ ਪੰਜਾਬ ਦੇ ਪੋਇਟ ਹੋਏ ਨੇ ਬਹੁਤ ਵੱਡੇ ਉਹਨਾਂ ਦੀ ਜੀਵਨੀ ਦੇ ਉੱਤੇ ਉਹ 1 ਘੰਟਾ 20 ਮਿੰਟ ਦਾ ਪਲੇ ਹੈ ਸੋ ਮੈਂ ਪਲੇ ਇਕੱਲਾ ਕਰਦਾ ਉਸ ਪਲੇ ਦੇ ਰਣਬੀਸੀ ਕਿਤਾਬਾਂ ਲੈ ਕੇ ਜਾਂਦੇ ਆ ਨਾਲ ਕਿਸੇ ਨੂੰ ਹਵਾਜ ਮਾਰ ਕੇ ਕੋਈ ਕਿਤਾਬਾਂ ਵੇਚ ਨਾਲ ਸਾਡੇ ਨਾਲ ਜਾਂਦਾ ਹੈ ਜਿੰਦਗੀ ਜਿੰਦਾਬਾਦ ਚ ਅਸੀਂ 3.5 ਲੱਖ ਦੀਆਂ ਕਿਤਾਬਾਂ ਸਾਡੇ ਕਰਕੇ ਵੇਚ ਚੁੱਕੀਆਂ ਨੇ ਸੋ ਅਸੀਂ ਇਹ ਨਹੀਂ ਕਹਿ ਸਕਦੇ ਕਿ ਕਿਤਾਬ ਪੜਦੇ ਨਹੀਂ ਨੌਜਵਾਨ ਉਹਨਾਂ ਨੂੰ ਪੜਨ ਲਈ ਪ੍ਰੇਰਿਆ ਨਹੀਂ ਜਾਂਦਾ ਤੁਸੀਂ ਵਿਦੇਸ਼ਾਂ ਦੇ ਵਿੱਚ ਵੀ ਆਉਨੇ ਆ ਦੁਨੀਆ ਦੇ ਮੇਰੇ ਖਿਆਲ ਕੋਈ ਇਹੋ ਜਿਹਾ ਨਹੀਂ ਦੇਸ਼ ਹੋਣਾ ਜਿੱਥੇ ਤੁਸੀਂ ਨਹੀਂ ਗਏ ਉੱਥੇ ਪੰਜਾਬੀਆਂ ਦਾ ਤੇ ਪੰਜਾਬ ਵਸਦੇ ਪੰਜਾਬੀਆਂ ਦੇ ਵਿੱਚ ਉਹ ਕੀ ਅੰਤਰ ਤੁਸੀਂ ਮਹਿਸੂਸ ਕਰਦੇ ਹੋ ਕਮਿਟਮੈਂਟ ਦੀ ਘਾਟ ਬਾਹਰ ਆ ਕੇ ਜਦੋਂ ਪੰਜਾਬ ਤੋਂ ਆ ਕੇ ਪੰਜਾਬੀ ਇੱਧਰ ਵੱਸਦੇ ਆਂ ਓਵਰਸੀਜ਼ ਦੇ ਵਿੱਚ ਵੱਸਦੇ ਆ ਤਾਂ ਉਹਨਾਂ ਵਿੱਚ ਕਮਿਟਮੈਂਟ ਆ ਜਾਂਦੀ ਹੈ ਉਧਰ ਵਿੱਚ ਕਿਤਨਾ ਕਿਤੇ ਕਮਿਟਮੈਂਟ ਲੈਕ ਹੋ ਗਈ ਹੈ ਆਪਣੇ ਕਲਚਰ ਪ੍ਰਤੀ ਇੱਧਰ ਤੁਸੀਂ ਜਦੋਂ ਆ ਜਾਂਦੇ ਤੁਸੀਂ ਆਪਣੇ ਕਲਚਰ ਨਾਲ ਜੁੜਦੇ ਹੋ ਇੱਧਰ ਵਿਸਾਖੀਆਂ ਮਨਾਉਂਦੇ ਆਂ ਬੱਚਿਆਂ ਨੂੰ ਪੰਜਾਬੀ ਸਿੱਖਣ ਲਾਉਂਦੇ ਆਂ ਬੱਚਿਆਂ ਨੂੰ ਭੰਗੜਾ ਗਿੱਧਾ ਸਿੱਖਣ ਲਾਉਂਦੇ ਆਂ ਬੱਚੇ ਮਾਡਰਨਾਈਜ਼ ਵੀ ਹੋ ਰਹੇ ਨੇ ਬੱਚੇ ਆਪਣੇ ਪਿੱਛੇ ਨਾਲ ਵੀ ਜੁੜੇ ਹੋਏ ਨੇ ਉਧਰ ਅਸੀਂ ਮਾਡਰਨਾਈਜ਼ ਤਾਂ ਹੋ ਰਹੇ ਆਂ ਪਰ ਆਪਣੇ ਪਿੱਛੇ ਨਾਲ ਟੁੱਟ ਚੁੱਕੇ ਆਂ ਸੋ ਇਹ ਗੱਲ ਹੈ ਕਿ ਇੱਧਰ ਮੈਨੂੰ ਲੱਗਦਾ ਸੈਂਸਿਟੀਵਿਟੀ ਜ਼ਿਆਦਾ ਹੈ ਸੋ ਜਿਹੜੇ ਇੱਧਰ ਵੱਸਦੇ ਆ ਮੇਰੇ ਉਹਨਾਂ ਨੂੰ ਸੁਨੇਹਾ ਹੈ ਕਿ ਜੇ ਤੁਸੀਂ ਤੁਸੀਂ ਸੰਸੀਰ ਹੋਗੇ ਜਿੰਨਾ ਕਿ ਤੁਸੀਂ ਸੋਚਦੇ ਹੋ ਪੰਜਾਬ ਬਾਰੇ ਪੰਜਾਬੀ ਬਾਰੇ ਲਿਆਕਤ ਬਾਰੇ ਸੈਂਸਿਟੀਵਿਟੀ ਬਾਰੇ ਐਥਿਕਸ ਬਾਰੇ ਆਪਣੇ ਵੱਸ ਦੇ ਰਿਸ਼ਤੇਦਾਰਾਂ ਲਈ ਜਿੱਥੇ ਤੋਹਫੇ ਲੈ ਕੇ ਜਾਂਦੇ ਹੋ ਇਹੋ ਜਿਹੀਆਂ ਗੱਲਾਂ ਦੇ ਸੁਨੇਹੇ ਵੀ ਨਾਲ ਲੈ ਕੇ ਜਾਇਆ ਕਰੋ ਉਹਨਾਂ ਨੂੰ ਵੀ ਐਥਿਕਸ ਨਾਲ ਜੋੜੋ ਬਹੁਤ ਖੂਬੀ ਬਹੁਤ ਬਹੁਤ ਧੰਨਵਾਦ ਜਾਂਦੇ ਹੋਏ ਕੋਈ ਹੋਰ ਕੋਈ ਇਹੋ ਜੀ ਗੱਲ ਜਿਹੜੀ ਮੈਂ ਤਾਂ ਤੁਹਾਨੂੰ ਨਾ ਪੁੱਛ ਸਕਿਆ ਹੁਮੇਤੇ ਤੁਸੀਂ ਕਹਿਣਾ ਚਾਹੁੰਦੇ ਹੋ ਮੋਂ ਅਜੀਤ ਤੇ ਪਾਟਕਾਂ ਨੂੰ ਉਹ ਮੈਂ ਇਹੀ ਕਹਿਣਾ ਤੁਸੀਂ ਪਾਠਕਾਂ ਦੀ ਗੱਲ ਕਰ ਰਹੀਆਂ ਕਿ ਪਾਠਕ ਬਣੋ ਸਾਨੂੰ ਸਾਡੇ ਗੁਰੂ ਪੀਰ ਫਕੀਰ ਇਹੀ ਸਿਖਾ ਕੇ ਗਏ ਨੇ ਉਹ ਵੀ ਪਾਠਕ ਰਹੇ ਨੇ ਤਾਂ ਹੀ ਉਹਨਾਂ ਨੇ ਸਾਡੇ ਲਈ ਬਹੁਤ ਵੱਡੀਆਂ ਰਚਨਾਵਾਂ ਬਾਣੀ ਗੁਰਬਾਣੀ ਸੁਨੇਹੇ ਕਿਸੇ ਸਾਡੇ ਲਈ ਲਿਖੇ ਨੇ ਸੋ ਜੇ ਤੁਸੀਂ ਪਾਠਕ ਬਣ ਜਾਓ ਤੁਸੀਂ ਆਪਣੀ ਔਣ ਪੀੜੀ ਲਈ ਬਹੁਤ ਕੁਝ ਦੇ ਸਕਦੇ ਹੋ ਲਿਆਕਤ ਦੇ ਸਕਦੇ ਹੋ ਆਪਣੀ ਜ਼ੁਬਾਨ ਨਾਲ ਜੁੜੋ ਆਪਣੇ ਕਲਚਰ ਨਾਲ ਜੁੜੋ ਸੰਗਾ ਸ਼ਰਮਾ ਨਾਲ ਜੁੜੋ ਤੇ ਬਾਹਰਲੇ ਲੋਕਾਂ ਨੂੰ ਇਹ ਸਲਾਹ ਹੈ ਤੁਹਾਨੂੰ ਸਾਰਿਆਂ ਨੂੰ ਕਿ ਆਪਣੇ ਉਧਰਲੇ ਪੰਜਾਬੀ ਨੂੰ ਤੇ ਉਧਰਲੇ ਪੰਜਾਬੀ ਨੂੰ ਸੁਨਾਹ ਸਲਾਹ ਦਿਓ ਸੁਨੇਹਾ ਦਿਓ ਕਿ ਭਾਈ ਵਿਆਹਾਂ ਤੇ ਖਰਚ ਘੱਟ ਕਰਿਆ ਕਰੋ ਬਹੁਤ ਬਹੁਤ ਖੋਜੀ ਬਹੁਤ ਬਹੁਤਨਵਾਰਾ ਨਹੀਂ ਸਸਰੀ ਕਾ ਜੀ ਏਸੀ ਅੱਜ ਦਾ ਪ੍ਰੋਗਰਾਮ ਪਰਦੇਸੀ ਵਸਤਾ ਪੰਜਾਬ ਆਸ ਹੈ ਅਜੀਤ ਪੀਪਲ ਟੀਵੀ ਦੇ ਦਰਸ਼ਕਾਂ ਨੂੰ ਜਰੂਰ ਪਸੰਦ ਆਇਆ ਹੋਵੇਗਾ ਹੁੰਦੇ ਹੋ ਮਨਪ੍ਰੀਤ ਸੇਬਦਨੀ ਕਲਾ ਨੂੰ ਇਜਾਜ਼ਤ ਅਗਲੀ ਵਾਰ ਫਿਰ ਇਸੇ ਤਰ੍ਹਾਂ ਖੂਤ ਪ੍ਰੋਗਰਾਮ ਨਾਲ ਅਗੇ ਤੁਹਾਡੇ ਰੂਬਰੂ ਹੋਵਾਂਗਾ ਤਦ ਤੱਕ ਰੱਬ ਰੱਖਾ ਸਸਰੀ ਕਾ